ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿਆਣੇ ਕਹਿੰਦੇ ਹਨ ਵੀ ਘਰ ਦੀ ਸਬਜ਼ੀ ਸਾਰੀ ਹੋਣੀ ਚਾਹੀਦੀ ਹੈ, ਇਸ ਕਰਕੇ ਮੈਂ ਵੀ ਦੋ ਖੇਲੀਆਂ ਉਹਦੀਆਂ ਲਾਈਆਂ, ਮਕਈ ਦੀਆਂ, ਦੇਸੀ ਮਕਈ ਲਿਆ ਕੇ ਬੀਜੀ, ਤਾਂ ਵਿਖਾਉਂਦੇ ਤੁਹਾਨੂੰ। ਆਹ ਸਾਡਾ ਝੋਨਾ ਤਾਂ ਵਧੀਆ ਹੋ ਗਿਆ ਸਾਡਾ, ਮਕਈ ਦੇਖੋ ਦੋ ਖੇਲੀਆਂ ਨੇ, ਮਤਲਬ ਦੋ ਲੈਣਾ ਨੇ, ਜਿਵੇਂ ਮਸ਼ੀਨ ਬੀਜਦੀ ਉਸ ਤਰੀਕੇ ਨਾਲ। ਤਾਂ ਜਿਵੇਂ ਆਪਾਂ ਇੱਕ ਬੂਟਾ ਲੈ ਲੈਂਦੇ ਹਾਂ, ਇਹਨੂੰ ਇੱਕ ਛੱਲੀ ਹੋ ਗਈ, ਦੋ ਹੋ ਗਈਆਂ, ਤਿੰਨ ਹੋ ਗਈਆਂ, ਚਾਰ ਹੋ ਗਈਆਂ, ਮਤਲਬ ਛੱਲੀਆਂ ਸਾਰਿਆਂ ਨੂੰ ਹੀ ਬਹੁਤ ਬਹੁਤ, ਦੋ ਤੋਂ ਘੱਟ ਕਿਸੇ ਦੀਆਂ ਨਹੀਂ, ਨਹੀਂ ਤਾਂ ਤਿੰਨ ਚਾਰ ਤਿੰਨ ਚਾਰ ਤਿੰਨ ਚਾਰ। ਹੁਣ ਗੱਲ ਆਉਂਦੀ ਹੈ ਇਹ ਕਿ ਛੱਲੀਆਂ ਤਾਂ ਸਾਰੀਆਂ ਵੇਖੀਆਂ ਨੇ, ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਮੈਂ ਜਦੋਂ ਬੀਜ ਲਿਆ ਕਰਨਾਲੋਂ ਵਧੀਆ ਦੁਕਾਨ ਤੋਂ ਲਿਆ, ਮੈਂ ਵੀ ਘਰ ਵਾਸਤੇ ਜ਼ਿਆਦਾ ਹੋ ਗਈਆਂ ਅਤੇ ਆਟਾ ਪਿਆ ਲਾਂਗੇ ਸਿਆਲਾਂ 'ਚ, ਤਾਂ ਵਧੀਆ ਬੀਜ ਦਈ ਉਹਨੇ ਲੋਹੇ ਦੀ ਕੰਟੀਨ 'ਚੋਂ ਦਿੱਤਾ, ਜਿਹੜਾ ਕੰਟੇਨਰ ਹੁੰਦਾ ਲੋਹੇ ਦਾ ਉਹਦੇ ਵਿੱਚੋਂ ਦਿੱਤਾ। ਤਾਂ ਇੱਕ ਤਾਂ ਇਹਦੇ ਵਿੱਚ ਦੇਖੋ ਛੱਲੀ, ਆਹ ਛੱਲੀ ਹੈ ਨਾ, ਇਹ ਦੁਬਾਰਾ ਫਿਰ ਨਿਸਰ ਗਈ ਹੈ, ਇਹ ਵੀ ਨਹੀਂ ਕਿ ਦਾਣਾ ਨਿਸਰਿਆ, ਮਤਲਬ ਦੁਬਾਰਾ ਫਿਰ ਨਿਸਰ ਗਈ ਹੈ, ਇਹ ਵੀ ਨਹੀਂ ਕਿ ਇਹ ਇਕੱਲਾ ਹੀ ਹੈ, ਤਕਰੀਬਨ 70% ਸਾਰੀਆਂ ਹੀ ਨੇ। ਆਹ ਦੇਖੋ ਇਹ ਵੀ ਨਿਸਰਨ ਦਾ ਪਿਆ ਹੈ, ਹੋਰ ਤਕਰੀਬਨ ਇੱਦਾਂ ਹੀ ਨੇ ਸਾਰੀਆਂ ਜਿੰਨੀਆਂ ਵੀ ਨੇ ਤਕਰੀਬਨ। ਆਹ ਦੇਖੋ ਆਹ ਫਿਰ ਦੁਬਾਰਾ ਉਸ ਕੱਢਦਾ ਪਿਆ, ਛੇ ਛੱਲੀ ਦੇ ਵਿੱਚੋਂ ਨਿਕਲਦਾ ਪਿਆ। ਦੇਖੋ ਮਤਲਬ ਤਕਰੀਬਨ 70% ਹੈ ਨੇ, ਹੁਣ ਬਾਕੀ ਬੱਚੀਆਂ ਤੁਸੀਂ ਸੋਚੋਗੇ ਵੀ 30 ਤਾਂ ਘਰ ਵਾਸਤੇ ਚੰਗੀਆਂ ਹੁੰਦੀਆਂ ਨੇ, 30 ਦਾ ਤੁਹਾਨੂੰ ਭੇਤ ਕੱਢਣੇ, ਜਿਹੜੀਆਂ 30 ਨੇ ਉਹ ਪਹਿਲਾਂ ਹੀ ਚਲੀ ਗਈਆਂ ਨੇ, ਇਹ ਜਿਹੜੀਆਂ 30 ਬੱਚੀਆਂ ਨੇ ਉਹ ਤੁਹਾਨੂੰ ਵਿਖਾਉਂਦਾ ਮੈਂ, ਘਾਓ ਵੀ ਇੱਕ ਆ ਥੱਲੇ ਵੀ ਇਹ ਵੀ ਛਲੀਂਦੀ ਪਈ ਹੈ, ਤਾਂ ਇਸ ਪਾਸੇ ਹੋ ਜਾਈਏ। ਆਹ ਦੇਖੋ ਇਹ ਵੀ ਛਲੀਂਦੀ ਪਈ ਹੈ, ਆਹ ਤਾਂ ਪੂਰੀ ਮਤਲਬ ਨਾ ਮਿਹਨਤ ਕਰਨੀ ਪੈ, ਪੂਰੀ ਛਲੀਚਣ 'ਤੇ ਹੀ ਹੈ। ਇਹਦਾ ਤੁੱਕਾ ਤਾਂ ਸਾਰੇ ਬਾਹਰ ਆ ਗਿਆ, ਲੇਟ ਹੋ ਗਿਆ। ਦੇਖੋ ਇਹ ਵੀ ਨਹੀਂ ਵੀ ਦਾਣਾ, ਦਾਣਾ ਸਾਰੀਆਂ ਛੱਲੀਆਂ ਤੋੜੀਆਂ ਅਤੇ ਤਾਂ ਪੂਰੇ ਦਾਣੇ ਹੋਣੇ ਨੇ। ਮੇਰੇ ਹੱਥ 'ਚ ਕੈਮਰਾ ਹੈ, ਮੈਂ ਇੱਕ ਛੱਲੀ ਛਿੱਲ ਕੇ ਅਤੇ ਫਿਰ ਤੁਹਾਨੂੰ ਦਿਖਾਉਣਾ ਵੀ ਦਾਣੇ ਕਿੰਨੇ ਨੇ, ਵੀਡੀਓ ਕੱਟਣੀ ਪੈਣੀ ਹੈ। ਇੱਕ ਛੱਲੀ ਮੈਂ ਛਿੱਲ ਲਈ ਹੈ, ਕੁੱਲ ਇੱਕ
ਦੋ ਤਿੰਨ ਚਾਰ ਪੰਜ ਪੰਜ ਹੀ ਦਾਣੇ ਨੇ। ਇੰਨਾ ਟਾਈਮ ਇਹਦੇ 'ਚ ਡੀ ਏ ਪੀ ਵੀ ਪਾਉਂਦਾ ਰਿਹਾ ਮੈਂ, ਵੀ ਸ਼ਾਇਦ ਵੱਡੀ ਛੱਲੀ ਹੋ ਜਾਵੇ, ਤਾਂ ਹੋਰ ਸਪਰੇਆਂ ਵੀ ਕਰਦਾ ਰਿਹਾ ਮੈਂ ਸਪੈਸ਼ਲ ਇੱਕ ਦੋ, ਅਤੇ ਮੈਂ ਕੋਰਾਜਨ ਦੀ ਵੀ ਕੀਤੀ। ਮੈਂ ਹਾਂ ਵੀ ਛੱਲੀ ਨੂੰ ਅੰਦਰੋਂ ਉਹ ਨਹੀਂ ਲੱਗਣਾ ਚਾਹੀਦਾ, ਸੁੰਡਾ ਸੁੰਡੀ ਵਗੈਰਾ ਨਹੀਂ ਪੈਣੀ ਚਾਹੀਦੀ। ਤਾਂ ਹੁਣ ਇੱਕ ਗੱਲ ਇਹ ਵੀ ਜਿਹੜੀ ਇਹਦੇ ਵਿੱਚੋਂ ਨਿਸਰਗੀ ਲਾ ਲਓ ਵੀ ਆਹ ਛੱਲੀ ਏ, ਇਹ ਨਿਸਰਗੀ ਏ, ਜਿਹਦੇ ਆਪਾਂ ਇਹਨੂੰ ਤੋੜ ਕੇ ਖਾ ਲਈਏ ਅਤੇ ਇਹਦੇ ਵਿੱਚੋਂ ਸਿਰਫ ਪੰਜ ਦਾਣੇ ਨਿਕਲਣਗੇ। ਵੇਖੋ ਤੁਹਾਨੂੰ ਸੈਂਪਲ ਤਾਂ ਹੈਗਾ ਹੀ, ਇਹਦੇ ਵਿੱਚੋਂ ਮੰਨ ਲਓ ਪੰਜ ਦਾਣੇ ਨਿਕਲਣਗੇ। ਹੁਣ ਮੈਂ ਇਸ ਇਹਦੀ ਵੇਟ ਕਰਾਂ ਫਿਰ, ਜਿਹੜਾ ਕੀ ਪਤਾ ਇਹਦੇ ਵਿੱਚੋਂ ਛੱਲੀ ਨਿਕਲਣੀ ਹੈ ਨਿਸਰਗੀ, ਤਾਂ ਵੀ ਇਹ ਵੀ ਨਿਸਰਗੀ ਏ, ਕੀ ਪਤਾ ਇੱਥੋਂ ਨਿਕਲ ਕੇ ਅੰਗਾ ਦੋ ਛੱਲੀਆਂ ਹੋਰ ਨਿਕਲ ਜਾਣ, ਪੰਜ ਪੰਜ ਦਾਣੇ ਉਹਨਾਂ ਦੇ ਵੀ ਹੋ ਜਾਣ, ਦਸ ਦਾਣੇ। ਹੁਣ ਮੈਂ ਇਹਦੀ ਵੇਟ ਇਹਨੂੰ ਤੋੜ ਲਾਂ ਕਿ ਇਹਦੀ ਵੀ ਵੇਟ ਕਰਾਂ ਇਹ ਵੀ ਇਹਦੇ 'ਚੋਂ ਕੀ ਨਿਕਲਦਾ। ਨਮੂਨੇ ਹੀ ਨੇ ਵੀ ਬੀਜ ਦੇਣਾ ਅਤੇ ਵਧੀਆ ਦਿਆ ਕਰੋ ਯਾਰ, ਇਵੇਂ ਤਾਂ ਨਾ ਕਰਿਆ ਕਰੋ ਨਾ, ਅਗਲੇ ਮਿਹਨਤ ਕੀਤੀ ਹੈ, ਇਹ ਤਾਂ ਚਾਰ ਵਾਲੀ ਵੀ ਨਹੀਂ ਨਿਕਲੀ। ਸੋ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਆ ਜੇ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ। ਅਗਲੀ ਵੀਡੀਓ 'ਚ ਮਿਲਣੇ।